ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਪੰਜਾਬ ਸੁਬਡੈਂਟ ਵਿਭਾਗ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਕੁੜੀਆਂ ਤੇ ਮੁੰਡੇ ਦੋਨੋਂ ਅਪਲਾਈ ਕਰ ਸਕਦੇ ਨੇ 3 ਜਨਵਰੀ ਲਾਸਟ ਡੇਟ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ ਸੈਲਰੀ ਬਹੁਤ ਵਧੀਆ ਮਿਲਣ ਵਾਲੀ ਹੈ ਤੁਹਾਨੂੰ ਇਸ ਦੇ ਵਿੱਚ ਕਿੱਦਾਂ ਅਪਲਾਈ ਕਰੋਗੇ ਕੌਣ ਕੌਣ ਐਲੀਜੀਬਲ ਹੋਣ ਵਾਲਾ ਹੈ ਇਸ ਨੋਟੀਫਿਕੇਸ਼ਨ ਦੇ ਲਈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀ ਤਿਆਰ ਹਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਜਿਹੜੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਡੇਟਾ ਜੂ ਲੈ ਕੇ ਆਂਦਾ ਹੀ ਰਵਾਂਗਾ ਬਾਕੀ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚਾਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਪੋਸਟਾਂ ਜਿਹੜੀਆਂ ਜੀ ਸਭ ਤੋਂ ਪਹਿਲੀ ਪੋਸਟ ਜਿਹੜੀ ਜੂਨੀਅਰ ਟੈਕ ਟੈਕਨੀਸ਼ੀਅਨ ਇਲੈਕਟ੍ਰੀਸ਼ੀਅਨ ਦੀ ਹੈ ਜਿਸ ਦੇ ਵਿੱਚ 17 ਪੋਸਟਾਂ ਅਨਰਿਜ਼ਰਵਡ ਦੀਆਂ ਨੇ OBC ਦੀਆਂ 3 ਨੇ SC ਦੀਆਂ 2 ਨੇ EWS ਦੀਆਂ 2 ਨੇ ਤੇ ਟੋਟਲ 24 ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਨੈਕਸਟ ਪੋਸਟ ਦੀ ਗੱਲ ਕਰਾਂ ਜੂਨੀਅਰ ਟੈਕਨੀਸ਼ੀਅਨ ਲਿਫਟ ਆਪਰੇਟਰ ਦੀ ਵੈਕੈਂਸੀਜ਼ ਨੇ ਜਿਸ ਦੇ ਵਿੱਚ 6 ਵੈਕੈਂਸੀਜ਼ ਅਨਰਿਜ਼ਰਵਡ ਦੀਆਂ ਨੇ ਇੱਕ ਵੈਕੈਂਸੀ ਜਿਹੜੀ ਹੈ ਜੀ OBC ਦੀ ਹੈ ਔਰ 7 ਵੈਕੈਂਸੀਸ ਟੋਟਲ ਜਿਹੜੀਆਂ ਨੇ ਉਹ ਇਸ ਦੇ ਵਿੱਚ ਆਊਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰੀਏ ਉਹਨਾਂ ਨੇ ਬਾਇਫ੍ਰੀਕੇਟ ਕੀਤਾ ਹੋਇਆ ਹੈ ਪੋਸਟਾਂ ਨੂੰ ਉਹ ਤੁਸੀਂ ਖੁਦ ਵੀ ਇੱਕ ਵਾਰੀ ਚੈੱਕ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ chdigarh.gov.in ਤੇ ਅਪਡੇਟ ਹੋਏਗਾ ਤੇ ਇਸ ਦੇ ਲਈ ਜਿਹੜਾ ਹੈ ਜੀ ਤੁਸੀਂ ਅਪਲਾਈ ਕਰ ਸਕਦੇ ਹੋ 13 12 2022 ਤੋਂ ਐਲੀਜੀਬਲ ਕੈਂਡੀਡੇਟ ਆਪਣੇ ਆਨਲਾਈਨ ਅਪਲੀਕੇਸ਼ਨ ਜਿਹੜੀਆਂ ਨੇ ਉਹ ਡਿਪੋਜ਼ਿਟ ਕਰਾ ਸਕਦੇ ਨੇ ਫੀ ਤੇ ਸਟਾਰਟ ਜਿਹੜੀ ਹੈ ਜੀ ਉਹ 13 ਸਟਾਰਟ ਹੋਏਗਾ ਨੋਟੀਫਿਕੇਸ਼ਨ ਫੁੱਲ ਫਲੱਜ ਇਹਨਾਂ ਦੀ ਵੈਬਸਾਈਟ ਤੇ ਆ ਜਾਵੇਗਾ 31 2023 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਐਪਲੀਕੇਸ਼ਨ ਫੀ ਜਿਹੜੀ ਹੋਏਗੀ ਉਹ ਤੁਸੀਂ ਪੇ ਕਰ ਸਕਦੇ ਹੋ 71 2023 ਤੱਕ ਸ਼ਾਮ 4 ਵਜੇ ਤੱਕ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਨਾਨ ਰਿਫੰਡੇਬਲ 1000 ਰੁਪਈਆ ਜਿਹੜੀ ਹੈ ਜੀ ਹੋ ਰਹੇਗੀ ਤੇ ਜਿਹੜੀ ਇਨ ਕੇਸ ਐਸ ਸੀ ਕੈਂਡੀਡੇਟ ਹੋਣਗੇ ਉਹਨਾਂ ਲਈ 500 ਰੁਪਏ ਹੈਗੀ ਔਰ ਸਿਰਫ ਔਰ ਸਿਰਫ ਔਨਲਾਈਨ ਮੋਡ ਦੇ ਥਰੂ ਤੁਹੇ ਇਹਦੇ ਲਈ ਅਪਲਾਈ ਕਰਨਾ ਹੋਵੇਗਾ ਡਿਟੇਲਸ ਇਨਸਟਰਕਸ਼ਨ ਜਿਹੜੀਆਂ ਨੇ ਫੀ ਦੀਆਂ ਉਹ अवेलेबल ਹੋਣਗੀਆਂ ਵੈਬਸਾਈਟ ਦੇ ਉੱਪਰ ਪਰਸਨ ਵਿਦ ਡਿਸੇਬਿਲਟੀ ਬੈਂਚਮਾਰਕ ਵਾਲੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਐਗਜ਼ਮਟ ਹੈ ਤੇ ਜਿਹੜੀ ਫੀ ਹੋਏਗੀ ਠੀਕ ਹੈ ਜੀ ਜਿਹੜੀ ਉਸ ਤੋਂ ਬਾਅਦ ਐਡਵਾਈਸ ਕੀਤੀ ਜਾਂਦੀ ਹੈ ਕਿ ਸੈਪਰੇਟ ਅਪਲੀਕੇਸ਼ਨ ਜਿਹੜੀ ਫੀ ਹੈ ਉਹ ਤੁਹਾਨੂੰ ਸਬਮਿਟ ਕਰਾਉਣੀ ਪੀਗੀ ਜੇਕਰ ਤੁਸੀਂ ਬੋਥ ਕੈਟਾਗਰੀ ਤੋਂ ਅਪਲਾਈ ਕਰ ਰਹੇ ਹੋ ਤਾਂ ਸੋ ਇਸ ਦੇ ਨੰਬਰ ਆਫ ਪੋਜ਼ਿ ਦੀਆਂ ਨੇ ਸਾਰੇ ਰਾਈਟ ਜਿਹੜੇ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਰਿਜ਼ਰਵ ਹੋਣਗੇ ਤੇ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਇਸ ਦੇ ਲਈ ਜਿਹੜੀ ਤੁਹਾਡੀ ਸੈਲਰੀ ਲੈਣ ਵਾਲੀ ਆ 5200 ਤੋਂ ਲੈ ਕੇ 20200 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਐਸ ਪਰ 7 CPC ਦੇ ਅਕੋਰਡਿੰਗਲੀ ਠੀਕ ਹੈ ਜੀ ਔਰ ਇਸ ਦੇ ਵਿੱਚ ਫਿਕਸ ਸੈਲਰੀ 19900 ਲੈਵਲ 2 ਦੇ ਅਕੋਰਡਿੰਗਲੀ ਰਹੇਗੀ ਜੋ ਕਿ ਪਰਬੀਸ਼ਨ ਪੀਰੀਅਡ ਦੇ ਟਾਈਮ ਤੇ ਤੁਹਾਨੂੰ ਪੇ ਕੀਤੀ ਜਾਏਗੀ ਸੋ ਇਹ ਨੋਟੀਫਿਕੇਸ਼ਨ ਜਿਹੜਾ ਆਫਿਸ ਆਫ ਸੁਪਰਡੈਂਡੈਂਟ ਇੰਜੀਨੀਅਰ ਇਲੈਕਟ੍ਰੀਕਲ ਸਰਕਲ ਦੇ ਵੱਲੋਂ ਆਊਟ ਕੀਤੀ ਗਈ ਚੰਡੀਗੜ੍ਹ ਲੋਕੇਸ਼ਨ ਦੇ ਲਈ ਪੰਜਾਬ ਦੇ ਕ ਵੀ ਦੇ ਲਈ एलिजिबल ਨੇ ਅਪਲਾਈ ਕਰpanਗੇ ਸੋ ਸਾਰੇ ਹੀ ਲਿੰਕ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਦੇ ਦਿੱਤੇ ਨੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਨ ਦੇ ਵੀ ਫਿਰ ਵੀ ਕੋਈ ਡਾਊਟ ਹੋਏਗਾ ਜੀ ਜ਼ਰੂਰ ਕਮੈਂਟ ਬਾਕਸ ਚ ਕਮੈਂਟ ਕਰਕੇ ਸਾਨੂੰ ਦੱਸਣਾ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਡੇਡਾ ਜੀ ਉਹ ਲੈ ਕੇ ਆਂਦਾ ਹੀ ਰਵਾਂਗਾ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ